ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਰਾਜਨੀਤਿਕ ਰੈਲੀ ਨਹੀਂ ਹੈਗੀ, ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਛੋਟਾ ਦਿਖਾਉਣਾ, ਨੀਚਾ ਦਿਖਾਉਣਾ। ਇਹ ਪੰਜਾਬ ਦੇ ਆਉਣ ਵਾਲੇ 30-40 ਸਾਲ ਦੇ ਫੈਸਲਿਆਂ ਨਾਲ ਸੰਬੰਧਿਤ ਫੰਕਸ਼ਨ ਹੈ। ਅੱਜ ਪਨੀਰੀ ਬੀਜ ਰਹੇ ਹਾਂ ਅਤੇ ਅਫਸਰਾਂ ਦੇ ਰੂਪ ਦੇ ਵਿੱਚ ਇਹ ਪਨੀਰੀ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਫਲ ਫੁੱਲ ਦੇਣੇ ਨੇ। ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਜਦੋਂ ਕਿਸੇ ਸੂਬੇ ਦੇ ਵਿੱਚ ਸਰਕਾਰਾਂ ਇਸ ਤਰ੍ਹਾਂ ਦੀਆਂ ਹੋਣ ਜਿਹੜੀਆਂ ਲੋਕਾਂ ਬਾਰੇ ਪਰਵਾਹ ਨਾ ਕਰਦੀਆਂ ਹੋਣ, ਤਾਂ ਸਵਾਲ ਉੱਠਣੇ ਸੁਭਾਵਿਕ ਨੇ, ਵਾਜਬ ਨੇ। ਲੋਕਾਂ ਦੁਆਰਾ ਚੁਣੇ ਹੋਏ ਪ੍ਰਤੀਨਿਧੀ ਜਦੋਂ ਚੁਣਨ ਤੋਂ ਬਾਅਦ ਆਪਣੇ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲੈਣ ਕਿ ਆਮ ਬੰਦਿਆਂ ਲਈ ਐਂਟਰੀ ਬੰਦ ਹੈ, ਤਾਂ ਫਿਰ ਹੌਲੀ ਹੌਲੀ ਪਬਲਿਕ ਜਿਹੜੀ ਹੈ, ਲੋਕ ਜਿਹੜੇ ਨੇ, ਉਹਨਾਂ ਦਾ ਗੁੱਸੇ ਹੋਣਾ, ਉਹਨਾਂ ਦਾ ਬੇਚੈਨ ਰਹਿਣਾ ਸੁਭਾਵਿਕ ਹੈ ਕਿ ਅਸੀਂ ਤਾਂ ਇਹਨਾਂ ਨੂੰ ਇਹਨਾਂ ਮਹਿਲਾਂ 'ਚ ਪਹੁੰਚਾਇਆ ਸੀ ਅਤੇ ਇਹਨਾਂ ਨੇ ਸਾਡੇ ਵੱਲੋਂ ਫਤਵਾ ਦੇਣ ਸਾਰ ਅੰਦਰੋਂ ਕੁੰਡੇ ਬੰਦ ਕਰ ਲਏ। ਇਹ ਤਾਂ ਧੋਖਾ ਹੋ ਗਿਆ, ਚੀਟਿੰਗ ਹੋ ਗਈ। ਫਿਰ ਪਬਲਿਕ ਸੋਚਦੀ ਸੀ ਚਲੋ 5 ਸਾਲ ਹੀ ਨੇ, ਕੱਟ ਲੈਂਦੇ ਔਖੇ ਸੌਖੇ। ਫਿਰ ਦੂਜਿਆਂ ਦੀ ਵਾਰੀ ਆ ਜਾਂਦੀ ਸੀ, ਇਹਨਾਂ ਨੂੰ ਦੇਖਦੇ ਹਾਂ, ਉਹਨਾਂ ਨੇ ਵੀ ਉਹੀ ਕੰਮ ਕਰਨਾ ਸੀ। ਫਿਰ ਅਤੇ ਪਬਲਿਕ ਫਿਰ ਸੋਚਦੀ ਸੀ ਚਲ ਇਹ ਤਾਂ ਮਾੜੇ ਤਾਂ ਇਹ ਵੀ ਨਿਕਲੇ ਨੇ, ਸ਼ਾਇਦ ਉਹ ਪਹਿਲਾਂ ਹੀ ਠੀਕ ਹੋ ਗਏ ਹੋਣਗੇ, ਅਸੀਂ 5 ਸਾਲ ਉਹਨਾਂ ਨੂੰ ਤਖਤਾਂ 'ਤੇ ਬਿਠਾਇਆ ਨਹੀਂ, ਉਹਨਾਂ ਨੂੰ ਦੁਬਾਰਾ ਚੈੱਕ ਕਰ ਲੈਂਦੇ ਹਾਂ। ਐਂ ਚੱਲੀ ਗਿਆ ਜੀ ਵਾਰੀਆਂ, ਆਪਸ 'ਚ ਕੀ ਚੱਲੀ ਗਿਆ, ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀ। ਜਨਤਾ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਸਕੂਲਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਹਸਪਤਾਲਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਸਰਕਾਰ ਦਾ ਰੈਵਨਿਊ ਕਿੱਥੋਂ ਆਊਗਾ ਕਿਸੇ ਨੇ ਧਿਆਨ ਨਹੀਂ ਦਿੱਤਾ, ਨੌਜਵਾਨ ਕਿਹੜੀ ਗੱਲੋਂ ਬੇਚੈਨ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ, ਡਿਗਰੀਆਂ ਉਹਨਾਂ ਨੂੰ ਇੱਥੇ ਮਿਲ ਰਹੀਆਂ ਨੇ ਇਸ ਡਿਗਰੀ ਮੁਤਾਬਕ ਕੰਮ ਮਿਲ ਰਿਹਾ ਨਹੀਂ, ਕਿਸੇ ਨੇ ਧਿਆਨ ਦਿੱਤਾ। ਤਾਂ ਫਿਰ ਧਰਨੇ, ਟੈਂਕੀਆਂ, ਟਾਵਰ, ਉਹ ਤਾਂ ਫਿਰ ਉਸ ਸੂਬੇ ਦੇ ਮੁਰਦਾਬਾਦ ਦੇ ਨਾਰਿਆਂ ਨਾਲ ਭਰੇ ਇੱਥੇ ਆਉਣਗੇ, ਚਾਹੇ ਜਿਹੜਾ ਮਰਜ਼ੀ ਸੂਬਾ। ਮੇਰੀ ਜ਼ਿੰਮੇਵਾਰੀ ਲਾਈ ਤੁਸੀਂ, ਮੈਂ ਇਹਨੂੰ ਜ਼ਿੰਮੇਵਾਰੀ ਕਹਿਣਾ, ਮੈਂ ਇਹਨੂੰ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਕੁਰਸੀ 'ਤੇ ਬਿਠਾਇਆ, ਕੁਰਸੀਆਂ 'ਤੇ ਬੈਠਣ ਤਾਂ ਆਏ ਨਹੀਂ, ਉਹਨਾਂ ਨੂੰ ਕੁਰਸੀਆਂ ਤੋਂ ਉਠਾਉਣ ਆਏ ਸੀ, ਉੱਠ ਖੜੋ ਥੋੜ੍ਹੇ ਪਬਲਿਕ ਕੋਲ ਆ ਜਾਓ। ਸੋ ਮੈਂ ਨਹੀਂ ਸਮਝਦਾ ਕਿ ਇੱਕ ਕੁਰਸੀ 'ਤੇ ਜਾਂ ਗੱਦੀ 'ਤੇ ਬਿਠਾਉਣਾ ਹੁੰਦਾ, ਉਹ ਰਿਵਾਜ਼ ਤਾਂ ਚਲੇ ਗਏ ਪੁਰਾਣੇ ਰਿਵਾਜ਼ੀ ਰਾਜ ਰਾਣੀਆਂ ਵਾਲੇ। ਹੁਣ ਤਾਂ ਲੋਕ ਚਾਹੁੰਦੇ ਆ ਅਗਲੇ ਦਿਨ ਰਿਜ਼ਲਟ, ਇੰਨਾ ਜ਼ਿਆਦਾ ਜ਼ਮਾਨਾ ਫਾਸਟ ਹੋ ਗਿਆ ਕਿ ਹੁਣ ਤਾਂ ਆਪਾਂ ਜਦੋਂ ਖਾਣਾ ਵੀ ਕਿਤੇ ਅੱਜ ਆਉਂਦੇ ਹਾਂ, ਤੁਸੀਂ ਵੀ ਆਏ ਹੋਵੋਗੇ ਅੱਜ, ਰਸਤੇ 'ਚ ਰੈਸਟੋਰੈਂਟ ਆਉਂਦੇ ਨੇ, ਪਹਿਲੀ ਵਿੰਡੋ 'ਤੇ ਆਰਡਰ, ਦੂਜੀ ਵਿੰਡੋ ਤੋਂ ਚੱਕੋ ਬਰਗਰ, ਚਲੋ ਇੰਨਾ ਟਾਈਮ ਨਹੀਂ ਹੈਗਾ ਹੁਣ ਕਿ ਬਹਿ ਕੇ ਖਾਣਾ ਖਾਈਏ, ਅਤੇ ਫਾਸਟ ਜ਼ਮਾਨਾ ਹੋ ਗਿਆ, ਡਰਾਈਵ ਥਰੂ ਦਾ ਜ਼ਮਾਨਾ ਹੋ ਗਿਆ। ਤਾਂ ਫਿਰ ਹੁਣ ਪੁਰਾਣੇ ਜਿਹੜੇ ਬਣੇ ਹੋਏ ਨੇ, ਸਮਝ ਲਓ ਕਾਨੂੰਨ ਜਾਂ ਰੀਤੀ ਰਿਵਾਜ਼, ਉਹ ਤੋੜਨੇ ਪੈਣਗੇ। ਜਦੋਂ ਵੀ ਕੋਈ ਬੰਦਾ, ਇਹ ਗੱਲ ਮੇਰੀ ਯਾਦ ਰੱਖ ਲਿਓ, ਜਦੋਂ ਵੀ ਕੋਈ ਬੰਦਾ ਕਿਸੇ ਕਰਪਟ ਜਾਂ ਕਿਸੇ ਗੈਰ ਪ੍ਰਭਾਵਿਤ ਜਾਂ ਕਿਸੇ ਗਲਤ ਸਿਸਟਮ ਦੇ ਖਿਲਾਫ ਉਸ ਸਿਸਟਮ ਨੂੰ ਬਦਲਣ ਬਾਰੇ
ਕੋਈ ਗੱਲ ਕਰਦਾ ਜਾਂ ਨਾਰਾ ਲਾਉਂਦਾ ਤਾਂ ਇਹ ਪੱਕਾ ਹੈ ਕੁਦਰਤੀ ਹੈ ਕਿ ਉਹ ਸਿਸਟਮ ਦਾ ਫਾਇਦਾ ਉਠਾਉਣ ਵਾਲੇ ਜਿਹੜੇ ਬੈਨੀਫਿਸ਼ਰੀ ਨੇ ਉਸ ਸਿਸਟਮ ਦੇ ਉਹ ਬਾਊਂਸ ਬੈਕ ਕਰਦੇ ਆ। ਨਹੀਂ ਨਹੀਂ ਇੱਦਾਂ ਕਿਵੇਂ ਹੋ ਜੂਗਾ? ਨਹੀਂ 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 ਇੱਦਾਂ ਨਹੀਂ ਹੋ ਸਕਦਾ। ਇੱਦਾਂ ਹੀ ਚੱਲਦਾ ਹੁੰਦਾ ਤਾਂ ਇੱਦਾਂ ਹੀ ਚੱਲੂਗਾ? ਨਹੀਂ ਐਂ ਕਿਵੇਂ ਚੱਲੂਗਾ ਜੀ? ਫਿਰ ਜੇ ਸ਼ਹੀਦ ਆਜ਼ਮ ਭਗਤ ਸਿੰਘ ਹੋਰ ਰਾਜਗੁਰੂ ਸੁਖਦੇਵ ਵਰਗੇ ਹਜ਼ਾਰਾਂ ਯੋਧੇ ਜੇ ਉਹ ਸੋਚ ਲੈਂਦੇ ਚਲ ਆਪਾਂ ਕੀ ਲੈਣਾ, ਐਡੇ ਇੰਨੇ ਅੰਗਰੇਜ਼ ਨੇ ਗਿਣਤੀ 'ਚ ਵੀ ਨੇ, 200 ਸਾਲ ਤੋਂ ਰਾਜ ਚੱਲ ਰਿਹਾ ਸੀ ਅਤੇ ਆਪਾਂ ਨੇ ਕੀ ਲੈਣਾ? ਅਤੇ ਉਹ 23-23 ਸਾਲ ਦੇ ਕਿਉਂ ਉੱਠੇ ਫਿਰ? ਜੋ ਵੀ ਕਹਿੰਦੇ ਆਪਾਂ ਨੇ ਕੀ ਲੈਣਾ ਅਤੇ ਆਪਾਂ ਇੱਥੇ ਹੁੰਦੇ ਫਿਰ? ਸੋ ਹਮੇਸ਼ਾ ਜਦੋਂ ਸਿਸਟਮ ਤੋਂ ਹਿਸਾਬ ਮੰਗਿਆ ਜਾਂਦਾ ਹੈ, ਜਦੋਂ ਸਿਸਟਮ ਨੂੰ ਵਧੀਆ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਬਾਊਂਸ ਬੈਕ ਹੁੰਦਾ, ਸਾਹਮਣੇ ਉਹ ਰਿਐਕਸ਼ਨ ਆਉਂਦਾ।